ਤੋ ਟਿਕਟ ਕੱਟੀ ਗਈ ਹੈ ਇਹ ਤੁਸੀਂ ਕਿਤੇ ਕੈਪਟਨ ਮਨਿੰਦਰ ਸਿੰਘ ਖੇਮੇ ਦੀ ਸੀ ਤਾਂ ਕਰਕੇ ਤਾਂ ਨਹੀਂ ਕੱਟੀ ਗਈ ਕਿਤੇ ਅਸੀਂ ਕੈਪਟਨ ਮਨਿੰਦਰ ਸਿੰਘ ਨੂੰ ਥੋੜਾ ਜਾਇਨ ਕੀਤਾ ਸੀ ਜਿੱਤੇ ਤੁਸੀਂ ਆਮ ਆਦਮੀ ਪਾਰਟੀ ਤੋਂ ਆ ਕੇ ਤੁਸੀਂ ਕਾਂਗਰਸ ਵਿੱਚ ਤੁਹਾਡੇ ਲੋਕ ਵਿਸ਼ਵਾਸ ਕਿਵੇਂ ਕਰਦੇ ਅਸੀਂ ਚੁਣੇ ਹੋਏ ਐਮਐਲਏ ਸੀ 2 ਲੱਖ ਲੋਕਾਂ ਦੀ ਮਤਲਬ ਨਮਾਇੰਦਗੀ ਕਰਦੇ ਆ ਘਟੋ ਘਟ ਸਾਨੂੰ ਪਾਰਟੀ ਨੇ ਪੁੱਛਣਾ ਤਾਂ ਸੀ ਤੇ ਜਿਹੜੇ ਉਦੋਂ ਖੁਦਮਖਤਿਆਰੀਆਂ ਮੰਗਦੇ ਸੀ ਅੱਜ ਇਹ ਕਹਿੰਦੇ ਚਿੱਠੀਆਂ ਲਿਖਦੇ ਫਿਰਦੇ ਆ ਕਾਂਗਰਸ ਨੂੰ ਕਿ ਸਾਨੂੰ ਟਿਕਟਾਂ ਦਿੱਤੀਆਂ ਜਾਣ ਉਹ ਵੀ ਜੀ ਥੀਏ ਲਿਖਦਾ ਸੀਗਾ ਮਤਲਬ ਕੇਜਰੀਵਾਲ ਨੂੰ ਮੈਨੂੰ ਮੁੱਖ ਮੰਤਰੀ ਲਾਲੂ ਮੁੱਖ ਮੰਤਰੀ ਲਾਲੂ ਤੁਹਾਡੇ ਵਿਰੋਧੀ ਕਹਿੰਦੇ ਇੱਕ ਕੰਮ ਵੀ ਨਹੀਂ ਹੋਇਆ ਜਗਦੇਸ਼ ਸਿੰਘ ਕੁਮਾਰ ਉਹਦੇ ਆਪਦੇ ਨਿੱਜੀ ਪੱਖਾਂ ਦੇ ਲਈ ਕਹਿੰਦੇ ਇਹ ਕਾਂਗਰਸ ਦੇ ਵਿੱਚ ਆਏ ਲਾਲ ਸਿੰਘ ਖੇਰਣਾ ਤੋਂ ਢੀ ਗੱਲਬਾਤ ਹੋ ਜਾਂਦੀ ਹੈ ਤੁਸੀਂ ਹੁਣ ਮੇਲੇ ਹੋ ਜੇਲ੍ਹ ਦੇ ਵਿੱਚੋਂ ਮੁਲਾਕਾਤ ਕਰਕੇ ਆਉਂਦੇ ਬੀ ਐਮ ਐਲ اے ਸੀ ਉਹਨਾਂ ਕੋਲ ਚੱਲ ਕੇ ਗਏ ਦਿੱਲੀ ਤੇ ਫੂਲਕਾ ਜੀ ਆਏ ਮਤਲਬ ਫੂਲਕਾ ਜੀ ਨੇ ਮਤਲਬ ਉਹ ਵੀ ਕੀਤਾ ਵੀ ਸਾਨੂੰ ਬੁਲਾਇਆ ਕਾਦੇ ਵਾਸਤੇ ਸੀ ਜਦੋਂ ਕੇਜਰੀਵਾਲ ਨੇ ਮਿਲਣੇ ਨਹੀਂ ਸੀ ਕੌਂਗਰਸ ਪਾਰਟੀ ਚ ਰਹੋਗੇ ਜਾਂ ਕਿਤੇ ਹੋਰ ਕੋਈ ਪਲਾਨ ਹੈਗੀ ਹੈ ਕੀ ਸਚੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ Opionion ਜਣੀ ਕਿ ਲੋਕ ਰਾਏ ਟੀਵੀ ਮੈਂ ਹਾਂ ਪਰਮਿੰਦਰ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੀ ਜੋ 86 ਉਮੀਦਵਾਰਾਂ ਦੀ ਸੂਚੀ ਆਈ ਹੈ ਉਹਦੇ ਵਿੱਚ ਇੱਕ ਇਹੋ ਜਿਹਾ ਹਲਕਾ ਸੀ ਮੋੜ ਜਿੱਤੇ ਸਸਪੈਂਸ ਬਣਿਆ ਹੋਇਆ ਸੀ ਕਿਉਂਕਿ ਪਿਛਲੀ ਵਾਰ ਉਥੋਂ ਆਮ ਆਦਮੀ ਪਾਰਟੀ ਤੋਂ ਜਗਦੇਵ ਸਿੰਘ ਕਮਾਲੂ ਐਮਐਲਏ ਸਨ ਉਹ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸੀ ਪਰ ਹੁਣ ਐਤਕੀ ਉਹਨਾਂ ਦੀ ਉਥੋਂ ਟਿਕਟ ਕੱਟ ਦਿੱਤੀ ਹੈ ਐਤਕੀ ਉੱਥੇ ਡਾਕਟਰ ਮਨੋਜ ਬਾਲਾ ਨੂੰ ਟਿਕਟ ਦਿੱਤੀ ਗਈ ਹੈ ਸਾਡੇ ਨਾਲ ਖੁਦ ਜਗਦੇਵ ਸਿੰਘ ਕਮਾਲੂ ਨੇ ਗੱਲਬਾਤ ਕਰਾਂਗੇ ਕਿ ਘਾਟ ਕਿੱਥੇ ਰਹਗੀ ਐਮਐਲਏ ਸਾਹਿਬ ਪਹਿਲਾਂ ਤਾਂ ਸਵਾਗਤ ਤੁਹਾਡਾ ਜੀ ਧੰਨਵਾਦ ਜੀ ਤੁਹਾਡਾ ਵੀ ਸਵਾਗਤ ਸਾਰਿਆਂ ਦਾ ਐਮਐਲਏ ਟਿਕਟ ਕਿਉਂ ਕੱਟੀ ਗਈ ਟਿਕਟ ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿਉਂਕਿ ਜਦੋਂ ਅਸੀਂ ਕਾਂਗਰਸ ਜੁਆਇਨ ਕੀਤੀ ਸੀ ਉਸ ਟਾਈਮ ਮਤਲਬ ਸਾਨੂੰ ਮਤਲਬ ਹਰੀਸ਼ ਰਾਭਚੀ ਜੀ ਨੇ ਉਦੋਂ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੇ ਤੇ ਰਾਹੁਲ ਗਾਂਧੀ ਜੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਮਤਲਬ ਉਹ ਤੁਹਾਨੂੰ ਟਿਕਟ ਦੇ ਕੇ ਨਵਾਜਾਂਗੇ ਸਤਿਕਾਰ ਕਰਾਂਗੇ ਤੁਹਾਡਾ ਤੁਹਾਡੇ ਕੰਮ ਹੋਣਗੇ ਤੁਸੀਂ ਕਾਂਗਰਸ ਪਾਰਟੀ ਜੁਆਇਨ ਕਰ ਲਓ ਹਰੀਸ਼ ਰਾਭਚੀ ਸਾਡੇ ਕੋਲੇ ਤਿੰਨ ਚਾਰ ਵਾਰ ਆਏ ਉਹਨਾਂ ਨੇ ਵਾਰ-ਵਾਰ ਕਿਹਾ ਖੈਰਾ ਜੀ ਨੂੰ ਮਿਲੇ ਖੈਰੇ ਨੇ ਸਾਡੇ ਨਾਲ ਗੱਲ ਕਰੀ ਵੀ ਕਾਂਗਰਸ ਟਿਕਟ ਦੇਣੀ ਚਾਹੁੰਦੀ ਆ ਆਪਾਂ ਨੂੰ ਨਾਲੇ ਮਤਲਬ ਪਾਰਟੀ ਸ਼ਾਮਿਲ ਕਰਨਾ ਚਾਹੁੰਦੀ ਹੈ ਅਸੀਂ ਰੈਕ ਕਰਕੇ ਆਪਦੇ ਲੋਕਾਂ ਨਾਲ ਤਾਂ ਮਤਲਬ ਉਸ ਤੋਂ ਬਾਅਦ ਮਤਲਬ ਕਾਂਗਰਸ ਪਾਰਟੀ ਜੁਆਇਨ ਕਰੀ ਸੀ ਤਾਂ ਉਸ ਤੋਂ ਬਾਅਦ ਮਤਲਬ ਉਹਨਾਂ ਨੇ ਇਹ ਆਖਿਆ ਸਾਨੂੰ ਵੀ ਅਸੀਂ ਮਤਲਬ ਸੀਐਮ ਤੋਂ ਛੋੜੇ ਜਿਹੜੇ ਹਲਕੇ ਆ ਉਹਨਾਂ ਦਾ ਸਰਵੇ ਕਰਾ ਲੀ ਗਏ ਪੁੱਛ ਲੀ ਗਏ ਵੀ ਉੱਥੇ ਹੋਰ ਤਾਂ ਨਹੀਂ ਸਾਡਾ ਸਟਰੋਂਗ ਕੈਂਡੀਡੇਟ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਸਰਵੇ ਕਰਾਇਆ ਤਾਂ ਸਰਵੇ ਦੇ ਵਿੱਚ ਮਤਲਬ ਇਹ ਗੱਲ ਆਖੀ ਗਈ ਮਤਲਬ ਉਹਨਾਂ ਨੇ ਕਢੀ ਕਿ ਇੱਥੇ ਤਿੰਨਾਂ ਸੀਟਾਂ ਤੇ ਕਿਉਂਕਿ ਤਿੰਨ ਬੰਦੇ ਅਸੀਂ ਰੜੇ ਸੀ ਪਲਸ ਤੋਂ ਸੁਖਪਾਲ ਸਿੰਘ ਖਹਿਰਾ ਤੇ ਪਰਮਲ ਸਿੰਘ ਖਾਲਸਾ ਭਦੌਰ ਤੋਂ ਤੇ ਮੈਂ ਮੌੜ ਸੀਟ ਤੋਂ ਸੀ ਉਹਨਾਂ ਨੇ ਤਿੰਨਾਂ ਤੇ ਆਖਿਆ ਵੀ ਇੱਥੇ ਕੋਈ ਕਾਂਗਰਸ ਦਾ ਬੰਦਾ ਨਹੀਂ ਮੇਰੇ ਬੰਦੇ ਸੀ ਉਹ ਮਤਲਬ ਬਹੁਤ ਪਿੱਛੇ ਰਹਿ ਗਏ ਕਿਉਂਕਿ ਮੇਰੀ ਚੋਣ ਵੇਲੇ ਮੈਨੂੰ ਤਕਰੀਬਨ 63000 ਦੇ ਲਗਭਗ ਵੋਟਾਂ ਪਈਆਂ ਸੀ ਜਿਹਦੇ ਵਿੱਚ ਸੈਕੰਡ ਨੰਬਰ ਤੇ ਜਨਵੇਜਾ ਸਿੰਘ ਸੈਖੋਂ ਆਈ ਸੀ ਜਿਹਨੂੰ 46000 ਵੋਟਾਂ ਪਈਆਂ ਤੇ ਉਸ ਤੋਂ ਬਾਅਦ ਐਕਸ ਮੰਤਰੀ ਸੀ ਉਹ ਕਾਲੀ ਦਲ ਚ ਤੇ ਉਸ ਤੋਂ ਬਾਅਦ ਕਾਂਗਰਸ ਵੱਲੋਂ ਵੀ ਐਸ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਚੋਣ ਲੜਾਈ ਗਈ ਸੀ ਤੇ ਉਹਨਾਂ ਨੂੰ ਲਗਭਗ 22000 ਵੋਟਾਂ ਪਈਆਂ ਸੀ ਇਸ ਕਰਕੇ ਉਹ ਇਥੋਂ ਹਲਕਾ ਛੱਡ ਗਏ ਸੀ ਤੇ ਖਾਲੀ ਸੀ ਇਥੇ ਹਲਕਾ ਭਦੌੜ ਦਾ ਵੀ ਇਹੀ ਹਾਲ ਸੀ ਤੇ ਭਲਸ ਦਾ ਵੀ ਇਹੀ ਹਾਲ ਸੀ ਤੇ ਉਹਨਾਂ ਨੇ ਫਿਰ ਸਾਨੂੰ ਸੀਐਮ ਨੇ ਬੁਲਾ ਕੇ ਆਖਿਆ ਵੀ ਤੁਹਾਡੀ ਜਿਹੜੀ ਹੈ ਹਲਕੇ ਤਾਂ ਅਸੀਂ ਸੀਟ ਦੇਣ ਲਈ ਤਾਂ ਤਿਆਰ ਆਂ ਉਸ ਤੋਂ ਬਾਅਦ ਹਾਈ ਕਮਾਂਡ ਨੂੰ ਉਹਨੇ ਲਿਖ ਕੇ ਭੇਜਿਆ ਸੋਨੀਆ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਟਿਕਟ ਦੇਵਾਂਗੇ ਉਸ ਤੋਂ ਬਾਅਦ ਸਾਨੂੰ ਰੌਹਲ ਜੀ ਨੇ ਬੁਲਾਇਆ ਰੌਹਲ ਜੀ ਨਾਲ ਬੈਠ ਕੇ ਗੱਲ ਹੋਈ ਉਹਨਾਂ ਨੇ ਆਖਿਆ ਵੀ ਤੁਹਾਡੀਆਂ ਸਾਨੂੰ ਪਤਾ ਲੱਗਿਆ ਵੀ ਬਹੁਤ ਵਧੀਆ ਚੰਗੇ ਇਨਸਾਨ ਆ ਉਦੋਂ ਤਾਂ ਮੀਟਿੰਗਾਂ ਹੋਗੀਆਂ ਸੀਗੀਆਂ ਤੁਹਾਨੂੰ ਟਿਕਟ ਦਿੱਤੀ ਜਾਊਗੀ ਫਿਰ ਹੁਣ ਕਿਉਂ ਟਿਕਟ ਕੱਟ ਦਿੱਤੀ ਗਈ ਤੁਹਾਡੀ ਹੁਣ ਪਤਾ ਨਹੀਂ ਲੱਗਦਾ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਤੁਹਾਡੇ ਇਸ ਮਾਧਿਅਮ ਰਾਹੀਂ ਕਿ ਮੈਂ ਮਤਲਬ ਬੇਸ਼ੱਕ ਉਹ ਉਹਨਾਂ ਨੇ ਮੇਰੇ ਨਾਲ ਸਾਡੇ ਨਾਲ ਇੱਕ ਕਮਿਟਮੈਂਟ ਕੀਤੀ ਸੀ ਵਾਦਾ ਕੀਤਾ ਸੀ ਕਿ ਜਰੂਰ ਤੁਹਾਨੂੰ ਟਿਕਟ ਦੇਵਾਂਗੇ ਪਰ ਉਸ ਤੋਂ ਉੱਪਰ ਜਾ ਕੇ ਵੀ ਇੱਕ ਵਾਦਾ ਤੁਹਾਡੇ ਮਾਧਿਮ ਰਾਹੀਂ ਉਸ ਕਾਂਗਰਸਾਈ ਕਮਾਂਡ ਨੂੰ ਬੇਨਤੀ ਕਰਨੀ ਚਾਹੋ ਨਾ ਤੇ ਉਹ ਪੁੱਛਣਾ ਚਾਹੋ ਨਾ ਕਿ ਪਿਛਲੇ ਸਮੇਂ ਦੌਰਾਨ ਮਾਨਯੋਗ ਰਾਹੁਲ ਗਾਂਧੀ ਜੀ ਤੇ ਸਾਡੇ ਪਾਰਟੀ ਪ੍ਰਧਾਨ ਪੰਜਾਬ ਦੇ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਉਹ बार-बार ਕਹਿ ਰਹੇ ਆ ਜਿਹੜੇ ਕਰਾਪਟ ਲੋਕ ਆ ਉਹਨਾਂ ਦੀਆਂ ਟਿਕਟਾਂ ਕਟਾਂਗੇ ਤੇ ਉਹ ਲੋਕਾਂ ਨੂੰ ਜਿਹੜੇ ਇਮਾਨਦਾਰ ਲੋਕ ਆ ਉਹਨਾਂ ਨੂੰ ਟਿਕਟਾਂ ਦੇਵਾਂਗੇ ਤੇ ਉਹਨਾਂ ਲੋਕਾਂ ਨੂੰ ਟਿਕਟਾਂ ਦੇਵਾਂਗੇ ਜਿਹੜੇ ਜਿੱਤ ਸਕਦੇ ਨੇ ਇਸ ਕਰਕੇ ਉਹਨਾਂ ਨੇ ਸਰਵੇ ਟੀਮਾਂ ਭੇਜੀਆਂ ਸਰਵੇ ਕਰਾਏ ਤੇ ਮੈਂ ਹੁਣ ਇਹੀ ਮੰਗ ਕਰਦਾ ਕਿ ਅੱਜ ਜਿਹੜੀ ਮੋਰ ਦੀ ਟਿਕਟ ਹੈ ਉਹ ਸਰਵੇ ਮੁਤਾਬਕ ਤੇ ਇਮਾਨਦਾਰ ਬੰਦਿਆਂ ਨੂੰ ਦਿੱਤੀ ਜਾਵੇ ਬਸ ਇਹਦਾ ਮਤਲਬ ਜਿਹੜੇ ਹੁਣ ਇੱਥੇ ਬਾਂਸਲ ਪਰਿਵਾਰ ਆਇਆ ਕਰਾਪਟ ਪਰਿਵਾਰ ਦੇ ਵਿੱਚੋਂ ਆ ਤਾਂ ਕਰਕੇ ਤੁਸੀਂ ਇਹਦਾ ਵਿਰੋਧ ਕਰ ਦਿਓ ਨੇ ਮੈਂ ਕਰਾਪਟ ਤਾਂ ਨਹੀਂ ਕਹਿ ਸਕਦਾ ਮੈਂ ਤਾਂ ਇਹੀ ਕਹਿਣਾ ਵੀ ਮਤਲਬ ਉਹਨਾਂ ਨੇ ਪਿਛਲੇ 2012 ਦੇ ਵਿੱਚ ਚੋਣ ਲੜੀ ਸੀ ਇੱਥੇ ਕਾਂਗਰਸ ਵੱਲੋਂ ਉਦੋਂ ਉਹ 2012 ਦੇ ਵਿੱਚ ਮਤਲਬ ਤਕਰੀਬਨ 1200 ਵੋਟ ਤੋਂ ਤੇ ਪਿੱਛੇ ਰਹਿ ਗਏ ਸੀ 1288 ਵੋਟਾਂ ਤੇ ਹਾਰ ਗਏ ਸੀ ਜਨਵੇਜ ਸਿੰਘ ਸੇਖੋ ਤੋਂ ਤੇ ਮੈਂ ਵੀ ਉਸ ਟਾਈਮ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਮਦਦ ਕੀਤੀ ਸੀ ਉਹਨਾਂ ਨੂੰ ਵੀ ਪਤਾ ਹੈ ਮਾਨਸਲ ਪਰਿਵਾਰ ਨੂੰ ਵੀ ਪਤਾ ਹੈ ਤੇ ਉਦੋਂ ਬਾਅਦ ਥੋੜੇ ਜੇ 2-4 ਮਹੀਨਿਆਂ ਬਾਅਦ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਅਲਵਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰ ਲਿਆ ਸੀ ਤੇ ਉਹ ਹੋਪਲਾਈਨਿੰਗ ਬਰੋਡ ਦੇ ਚੇਅਰਮੈਨ ਬਣ ਗਏ ਸੀ ਮਤਲਬ ਮਾਨਸਾ ਦੇ ਤੇ ਉਸ ਤੋਂ ਬਾਅਦ ਜਿਹੜੇ ਇੱਥੇ ਮਤਲਬ ਕਾਂਗਰਸੀ ਵਰਕਰ ਸੀ ਉਹ 5 ਸਾਲ ਵਿਚਾਰੇ ਬੇਸਹਾਰਾ ਤੇ ਤੁਰੇ-ਫਿਰੇ ਤੇ ਉਹਨਾਂ ਦੀ ਕੋਈ ਬਾਹ ਮਾੜਨ ਵਾਲਾ ਨਹੀਂ ਸੀ ਉਹਨਾਂ ਨੂੰ ਰੋਜ਼ ਸੀ ਕਿ ਇੱਥੇ ਇਹ ਜੇ ਬੰਦੇ ਦੀ ਮਤਲਬ ਇਹ ਬੰਦੇ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਸਾਡੇ ਹਲਕੇ ਦਾ ਹੋਵੇ ਸਾਡੇ ਨਾਲ ਰਹੇ ਜਿੱਤੇ ਹਾਰੇ ਉਹ ਸਾਡਾ ਸਾਥੀ ਬਣ ਕੇ ਰਹੇ ਜਿਹੜੀ ਤੁਹਾਡੀ ਟਿਕਟ ਕੱਟੀ ਗਈ ਹੈ ਇਹ ਤੁਸੀਂ ਕਿਤੇ ਕੈਪਟਨ ਮਨਿੰਦਰ ਸਿੰਘ ਖੇਮੇ ਦੇ ਸੀ ਤਾਂ ਕਰਕੇ ਤਾਂ ਨਹੀਂ ਕੱਟੀ ਗਈ ਕਿਤੇ ਨਹੀਂ ਹੋ ਸਕਦਾ ਇਹ ਗੱਲ ਹੋਵੇ ਪਰ ਅਸੀਂ ਤਾਂ ਕਾਂਗਰਸ ਜੁਆਇਨ ਕੀਤੀ ਸੀ ਨਾ ਅਸੀਂ ਕੈਪਟਨ ਮਨਿੰਦਰ ਸਿੰਘ ਨੂੰ ਥੋੜਾ ਜੁਆਇਨ ਕੀਤਾ ਸੀ ਅਸੀ ਤਾਂ ਰੋਹਲ ਗਾਂਧੀ ਰਾਹੀਂ ਆਈ ਸੀ ਕਾਂਗਰਸ ਜੁਆਇਨ ਕੀਤੀ ਸੀ ਤੇ ਕਾਂਗਰਸ ਚ ਤੁਹਾਨੂੰ ਐਮਐਲਏ ਸਰ ਜੁਆਇਨ ਤਾਂ ਤੁਹਾਨੂੰ ਕੈਪਟਨ ਮਨਿੰਦਰ ਸਿੰਘ ਨੇ ਕਰਵਾਇਆ ਸੀ ਉਦੋਂ ਵੀ ਕਾਂਗਰਸ ਦੇ ਵਿੱਚ ਖਿੱਚਾ ਤਾਣੀ ਚੱਲਦੀ ਸੀ ਤੁਹਾਨੂੰ ਤਿੰਨ ਐਮਐਲਏ ਲੈ ਕੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲੇ ਸੀ ਵੀ ਆਹ ਦੇਖੋ ਜੀ ਮੇਰੇ ਕਿੰਨੇ ਖੇਮੇ ਤੇ ਮੈਨੂੰ ਜਿਹੜੇ ਮੇਰੇ ਨਾਲ ਐਮਐਲਏ ਆਏ ਨੇ ਨਹੀਂ ਇਹ ਗੱਲ ਨਹੀਂ ਉਸ ਤੋਂ ਪਹਿਲਾਂ ਹੀ ਸਾਡੀ ਮਤਲਬ ਮੀਟਿੰਗ ਦੋ ਤਿੰਨ ਮੀਟਿੰਗਾਂ ਮਤਲਬ ਹਰੀਸ਼ ਸ਼ਰਾਵਤੀ ਜੀ ਨਾਲ ਹੋਈਆਂ ਉਦੋਂ ਦੇ ਪੰਜਾਬ ਪ੍ਰਭਾਰੀ ਨਾਲ ਉਸ ਤੋਂ ਬਾਅਦ ਸਾਡੇ ਕੋਲੇ ਮਾਨਯੋਗ ਮੰਤਰੀ ਜੀ ਮਤਲਬ ਵਿਜੇਂਦਰ ਸਿੰਘਲਾ ਜੀ ਗਏ ਯਾਰਾ ਸਾਹਿਬ ਦੇ ਘਰੇ ਸਾਨੂੰ ਮਿਲਣ ਉਦੋਂ ਬਾਅਦ ਸਲੀਨ ਜਾਖੜ ਜੀ ਗਏ ਉਸ ਤੋਂ ਬਾਅਦ ਸਾਡਾ ਜਦ ਤੈਅ ਹੋਇਆ ਤਾਂ ਉਸ ਤੋਂ ਬਾਅਦ ਸਾਨੂੰ ਜਦੋਂ ਰਾਹੁਲ ਜੀ ਨੇ ਬੁਲਾਇਆ ਉਹਨਾਂ ਨੇ ਕਿਹਾ ਵੀ ਜੁਆਇਨਿੰਗ ਕਰ ਲਓ ਤਾਂ ਜੁਆਇਨਿੰਗ ਵਾਸਤੇ ਜਦੋਂ ਜੁਆਇਨਿੰਗ ਕਰਨੀ ਸੀ ਸਾਡੀ ਉਹਨਾਂ ਦਿਨਾਂ 'ਚ ਤਾਂ ਹਰੀਸ਼ ਸ਼ਰਾਬਤੀ ਜੀ ਨੇ ਸਾਨੂੰ ਫੋਨ ਕੀਤਾ ਸੀ ਦਿੱਲੀ ਤੋਂ ਵੀ ਅਸੀਂ ਆ ਰਹੇ ਹਾਂ ਮੈਂ ਤੇ ਸਲੀਨ ਜਾਖੜ ਜੀ ਤੇ ਸੂਬੇ ਦਾ ਮੁੱਖ ਮੰਤਰੀ ਤਿੰਨੇ ਅਸੀਂ ਮਤਲਬ ਸਾਨੂੰ ਜੁਆਇਨ ਕਰਾਵਾਂਗੇ ਕਿਉਂਕਿ ਸੂਬੇ ਦਾ ਮੁੱਖ ਮੰਤਰੀ ਕੋਈ ਹੋਵੇ ਤੇ ਉਹੀ ਹੁੰਦਾ ਨਾ ਸ਼ਾਮਲ ਜਾਂ ਕੋਈ ਵੀ ਪ੍ਰਧਾਨ ਹੋਵੇ ਉਸ ਤੋਂ ਬਾਅਦ ਪ੍ਰਧਾਨ ਬਦਲਦੇ ਰਹਿੰਦੇ ਨੇ ਚੋਣਾਂ ਤੱਕ ਕੋਈ ਮਤਲਬ ਪਰਿਵਾਰੀ ਵੀ ਬਦਲਦੇ ਰਹਿੰਦੇ ਨੇ ਹੁਣ ਵੀ ਇਹੀ ਹਾਲ ਹੋਇਆ ਮੁੱਖ ਮੰਤਰੀ ਵੀ ਬਦਲ ਗਿਆ ਤੇ ਮਤਲਬ ਹਰੀਸ਼ ਰਾਭਤ ਜੀ ਵੀ ਬਦਲ ਗਏ ਨਵਾਂ ਨਵਾਂ ਪਰਿਵਾਰੀ ਲਾਤਾ ਉਹਨਾਂ ਨੇ ਤੇ ਨਵਾਂ ਮੁੱਖ ਮੰਤਰੀ ਆ ਗਿਆ ਹੋ ਸਕਦਾ ਉਹਨਾਂ ਦੇ ਮਨ 'ਚ ਇਹ ਹੋਵੇ ਪਰ ਅਸੀਂ ਤਾਂ ਕਾਂਗਰਸ ਜੁਆਇਨ ਕੀਤੀ ਸੀ ਨਾ ਅਸੀਂ ਤਾਂ ਰੌਹਲ ਨਹੀਂ ਆਏ ਸੀ ਉਦੋਂ ਜਦ ਸਾਨੂੰ ਕਿਹਾ ਗਿਆ ਵੀ ਮਤਲਬ ਤੁਸੀਂ ਇਹ ਕੈਪਟਨ ਕੋਲੇ ਵਗਜੋ ਉਹਨੂੰ ਮਿਲ ਲਓ ਤੇ ਹੋ ਗਈ ਗੱਲ ਸੋਡੀ ਕਲੀਅਰ ਹੋ ਗਈ ਹਰੀਸ਼ ਰਾਭਤ ਜੀ ਨੇ ਸਾਨੂੰ ਕਿਹਾ ਵੀ ਜਹਾਜ਼ ਇੱਥੇ ਆ ਗਿਆ ਮੈਂ ਆ ਰਿਹਾ ਹਾਂ ਉਹ ਨਹੀਂ ਆਏ ਕਿਉਂਕਿ ਕਾਂਗਰਸ ਆਪਸੇ ਆਪਸੀ ਕਲੇਸ਼ ਸੀ ਉਹ ਕਲੇਸ਼ ਦਾ ਕਾਰਨ ਅਸੀਂ ਉਹਨਾਂ ਕੋਲ ਵਾਗੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਠੀਕ ਹੈ ਤੁਹਾਡੀ ਗੱਲ ਉਤੋਂ ਮੇਰੇ ਕੋਲ ਸੋਨੀਆ ਜੀ ਦਾ ਹੁਕਮ ਆ ਗਿਆ ਤੁਸੀਂ ਕਾਂਗਰਸ 'ਚ ਆਗੇ ਭਾਈ ਤੁਸੀਂ ਆਪਦੇ ਹਲਕਿਆਂ 'ਚ ਕੰਮ ਕਰੋ ਤੇ ਤੁਹਾਡੀਆਂ ਟਿਕਟਾਂ ਪੱਕੀਆਂ ਨੇ ਇੱਕ ਗੱਲ ਹੋ ਰਿਹਾ ਮੇਰੇ ਸਾਹਿਬ ਤੁਹਾਡੇ ਤੇ ਜੇ ਤੁਸੀਂ ਹੁਣ ਤੁਹਾਨੂੰ ਟਿਕਟ ਮਿਲਦੀ ਤੁਹਾਡੇ ਲੋਕ ਵਿਸ਼ਵਾਸ ਕਿਵੇਂ ਕਰਦੇ ਕਿਉਂਕਿ ਪਹਿਲਾਂ ਜਿੱਤੇ ਤੁਸੀਂ ਆਮ ਆਦਮੀ ਪਾਰਟੀ ਤੋਂ ਆਉਣ ਆ ਕੇ ਤੁਸੀਂ ਕਾਂਗਰਸ ਪਰ ਤੁਹਾਡੇ ਲੋਕ ਵਿਸ਼ਵਾਸ ਕਿਵੇਂ ਕਰਦੇ ਫਿਰ ਨਹੀਂ ਵਿਸ਼ਵਾਸ ਤਾਂ ਇਸ ਗੱਲ ਦਾ ਨਾ ਕਿ ਮੈਂ ਮਨਰਵਾਦੇ ਕੀਤੇ ਸੀ ਲੋਕਾਂ ਨੇ ਆਪ ਦੇ ਤੌਰ ਤੇ ਮੈਂ ਉਹ ਪੰਜਾਂ ਚ ਅੱਜ ਵੀ ਪੱਕਾ ਪਰ ਪੱਕਾ ਜੇ ਮੈਂ ਇੱਕ ਚ ਮਾੜਾ ਮੂਠਾ ਊਣਾ ਮੇਰੇ ਚ ਨੌ ਜਿੰਨਾ ਫਰਕ ਹੈ ਲੋਕ ਮੈਨੂੰ ਪਿੰਡ ਚ ਨਾ ਖੜਨ ਦੇਣ ਮੈਂ ਉਹਨਾਂ ਨੂੰ ਆਖਿਆ ਸੀ ਮੈਂ ਆਮ ਲੋਕਾਂ ਜਿਹੜਾ ਮੈਂ ਕਾਂਗਰਸ ਚ ਗਿਆ ਉਹ ਮੈਂ ਕਈ ਵਾਰੀ ਦੱਸ ਚੁੱਕਿਆ ਕਿਉਂਕਿ ਕੇਜਰੀਵਾਲ ਨੇ ਮਤਲਬ ਮਾਫੀ ਮੰਗ ਲਈ ਸੀ ਮਜੀਠੀਏ ਤੋਂ ਅਸੀਂ ਵੱਡੇ ਵੱਡੇ ਬੋਰਡ ਲਾਈ ਸੀ ਮਜੀਠੀਏ ਨਸ਼ੇ ਦਾ ਤਸਕਰ ਤੇ ਉਹ ਕਹਿੰਦਾ ਵੀ ਨਹੀਂ ਤਸਕਰ ਮਤਲਬ ਇਹਦਾ ਮਤਲਬ ਅਸੀਂ ਸਾਰੇ ਝੂਠੇ ਹੋਏ ਨਾ ਤੇ ਜਦੋਂ ਉਹਨੇ ਮਾਫੀ ਮੰਗ ਲਈ ਵੀ ਨਹੀਂ ਚਾਤੇ ਇਹ ਤਸਕਰ ਨਹੀਂ ਅਸੀਂ ਗਲਤ ਕਹਿੰਦੇ ਸੀ ਅਸੀਂ ਵੀ ਗਲਤ ਹੋਏ ਫਿਰ ਲੋਕਾਂ ਨੂੰ ਤਾਂ ਅਸੀਂ ਇਸ ਗੱਲ ਦਾ ਮਤਲਬ ਦਿਖਾਇਆ ਨਾ ਸ਼ੀਸ਼ਾ ਵੀ ਉਹ ਗਲਤ ਹੈ ਅਸੀਂ ਫੜ ਕੇ ਅੰਦਰ ਦੇਵਾਂਗੇ ਗਲਾਮੇ ਤੋਂ ਫੜ ਕੇ ਉਹਨੂੰ ਅੰਦਰ ਕਰਾਂਗੇ ਉਹ ਨਸ਼ੇ ਵੇਚਦਾ ਨਸ਼ਾ ਬੰਦ ਕਰਾਂਗੇ ਚਲੋ ਸਰਕਾਰ ਨਹੀਂ ਬਰੀ ਉਹਦੇ ਲੜਾਈ ਤਾਂ ਕਰਨੀ ਸੀ ਨਾ ਲੜਾਈ ਕਰਨਾ ਸਾਡਾ ਹੱਕ ਆਉਂਦਾ ਹੈ ਅੱਛਾ ਉਸ ਤੋਂ ਬਾਅਦ ਮਤਲਬ ਜਦੋਂ ਐਲੋਪੀ ਖੈਰੇ ਨੂੰ ਹਟਾਤਾ ਨਮਾ ਲਾਤਾ ਸਾਨੂੰ ਪੁੱਛਿਆ ਤੱਕ ਨਹੀਂ ਅਸੀਂ ਮਤਲਬ ਅਸੀਂ ਚੁਣੇ ਹੋਏ ਐਮਐਲਏ ਸੀ 2 ਲੱਖ ਲੋਕਾਂ ਦੀ ਮਤਲਬ ਨੁਮਾਇੰਦਗੀ ਕਰਦੇ ਆ ਘਟੋ ਘਟ ਸਾਨੂੰ ਪਾਰਟੀ ਨੇ ਪੁੱਛਣਾ ਤਾਂ ਸੀ ਵੀ ਆ ਐਮਪੀ ਛੋਡੇ ਚ ਸਾਡੇ ਚੋਂ ਲਾਉਣਾ ਸੀ ਨਾ ਜਿਹੜਾ ਐਲੋਪੀ ਐਮਐਲਏ ਦੀ ਰੈਲੀ ਜਾਂਦੀ ਸੱਤ ਸੱਤ ਰੈਲੀ ਲਈ ਗਈ ਅਸੀਂ ਉਹਨਾਂ ਦੇ ਰੋਸ ਕੀਤਾ ਉਹ ਰੋਸ ਤਾਂ ਸਾਰਿਆਂ ਨੇ ਕੀਤਾ ਸੀ 20 ਦੇ 20 ਐਮਐਲਏ ਨੇ ਕੀਤਾ ਸੀ ਸਮੇਤ ਭਗਵੰਤ ਮਾਨ ਨੇ ਇਸ ਦੀ ਫਾਦ ਦਿੱਤਾ ਸੀ ਭਗਵੰਤ ਮਾਨ ਦੀ ਗੱਲ ਸੁਣੋ ਅੱਜ ਭਗਵੰਤ ਮਾਨ ਸਾਡੇ ਚੈਨਲ ਤੇ ਉਹਨਾਂ ਨੇ ਬੋਲਦਿਆਂ ਹੋਇਆ ਕਿਹਾ ਕਿ ਕਹਿੰਦੇ ਜਿਹੜੇ ਉਹਦੋਂ ਖੁਦਮੁਖਤਿਆਰੀਆਂ ਮੰਗਦੇ ਸੀ ਅੱਜ ਕਹਿੰਦੇ ਚਿੱਠੀਆਂ ਲਿਖਦੇ ਫਿਰਦੇ ਆ ਕਾਂਗਰਸ ਨੂੰ ਕਿ ਸਾਨੂੰ ਟਿਕਟਾਂ ਦਿੱਤੀਆਂ ਜਾਣ ਨੇ ਚਿੱਠੀ ਦਾ ਚਿੱਠੀ ਦਾ ਉਹਦਾ ਹੱਕ ਹੈ ਯਾਰ ਜਦੋਂ ਸਾਨੂੰ ਕਾਂਗਰਸ ਨੇ ਕਮਿਟਮੈਂਟ ਕੀਤੀ ਸੀ ਤੇ ਮਤਲਬ ਚਿੱਠੀ ਲਿਖਣੀ ਜਾਂ ਮਤਲਬ ਕਹਿਣਾ ਤਾਂ ਕੋਈ ਇਸ ਗੱਲ 'ਚ ਗਨਾਹ ਨਹੀਂ ਸਾਰੇ ਮੰਗਦੇ ਨੇ ਉਹ ਵੀ ਚਿੱਠੀਆਂ ਲਿਖਦਾ ਸੀਗਾ ਮਤਲਬ ਕੇਜਰੀਵਾਲ ਨੂੰ ਮੈਨੂੰ ਮੁੱਖ ਮੰਤਰੀ ਲਾਲੂ ਮੁੱਖ ਮੰਤਰੀ ਲਾਲੂ 6 ਮਹੀਨੇ ਪਹਿਲਾਂ ਰਗੜਾ ਪਈ ਗਏ ਉਹਦੇ ਕਿਉਂ ਨਾ ਐਲਾਨ ਦਿੱਤਾ ਮਤਲਬ ਗੱਲ ਇਹ ਨਹੀਂ ਇਹ 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 ਤਾਂ ਚਿੱਠੀਆਂ ਲਿਖਣੀ ਜਾਂ ਹੋਰ ਉੱਥੇ ਹੱਕ ਤਾਂ ਸਾਰੇ ਲੋਕ ਮੰਗਦੇ ਨੇ ਅੱਜ ਵੀ ਸਾਰੇ ਇੱਕ ਜਿਹੜੇ ਆਪ ਵਾਲੇ ਸਾਰਿਆਂ ਨੂੰ ਟਿਕਟਾਂ ਥੋੜਾ ਮਿਲੀਆਂ ਜਿਹੜੇ ਮਤਲਬ ਜਾਂਦੇ ਸੀ ਉੱਥੇ ਆਉਂਦੇ ਜਿਹੜੇ ਮਿਹਨਤੀ ਲੋਕ ਸੀ ਸਾਰਿਆਂ ਨੂੰ ਥੋੜਾ ਟਿਕਟਾਂ ਮਿਲ ਜਾਂਦੀਆਂ ਟਿਕਟ ਤਾਂ ਇੱਕ ਬੰਦੇ ਨੂੰ ਮਿਲਣੀ ਹੈ ਇੱਕ ਕੰਸਟੀਟੂਐਂਸੀ ਤੋਂ ਤੇ ਇਹ ਇਹ ਅਸੀਂ ਤਾਂ ਆਪਦੀ ਕਮਿਟਮੈਂਟ ਤੇ ਦੂਜਾ ਮੈਂ ਜਿਹੜੀ ਮੈਂ ਥੋੜੇ ਮੈਂ ਫਿਰ ਕਹਿਣਾ ਥੋੜੇ ਮਾਦੇਮ ਰਾਹੀਂ ਮੈਂ ਇਹ ਇਹ ਹੀ ਸਰਕਾਰ ਤੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਸੌਰੀ ਮੈਂ ਮੰਗ ਕਰਦਾ ਕਿ ਜੇ ਸਾਡਾ ਸਰਵੇ ਆਇਆ ਹੈ ਸਰਵੇ ਚ ਲੋਕਾਂ ਨੇ ਸਾਨੂੰ ਚਾਹਿਆ ਵਿਸ਼ਵਾਸੀ ਲੋਕਾਂ ਨੂੰ ਜੇ ਲੋਕਾਂ ਨੇ ਆਖਿਆ ਉਹ ਤੇ ਲੋਕਾਂ ਨੇ ਆਖਿਆ ਵੀ ਹਾਂ ਜੀ ਇਹ ਬਹੁਤ ਵਧੀਆ ਬੰਦੇ ਨੇ ਮੈਂ ਸਾਨੂੰ ਆਖਿਆ ਕਿ ਮੈਂ ਪੰਜ ਵਾਦੇ ਕੀਤੇ ਸੀ ਮੈਂ ਆਮ ਆਮ ਹੀ ਰਹੂੰਗਾ ਤੇ ਆਮ ਹੀ ਰਹਾਂ ਪੰਜ ਸਾਲ ਮੈਂ ਕਦੇ ਨਹੀਂ ਬੋਕ ਕੀਤੀ ਤੁਸੀਂ ਵੀ ਦੇਖਦੇ ਰਹੇ ਹੋ ਚੈਨਲ ਵਾਲੇ ਭਰਾ ਵੀ ਮੇਰੇ ਤੋਂ ਆਉਂਦੇ ਰਹੇ ਮੈਂ ਭਰਾਵਾਂ ਵਾਂਗੂੰ ਸਮਝਦਾ ਰਿਹਾ ਸਾਰਿਆਂ ਨੂੰ ਕਦੇ ਮੈਂ ਕਿਸੇ ਭੋਗ ਤੇ ਜਾਵਾਂ ਕਿਸੇ ਸਮਾਗਮ ਤੇ ਜਾਵਾਂ ਪਤਾ ਨਹੀਂ ਹੁੰਦਾ ਵੀ ਐਮਐਲਏ ਆ ਗਿਆ ਕਦੇ ਮੈਂ ਹੰਕਾਰ ਨਹੀਂ ਕੀਤਾ ਵੀ ਮੈਂ ਐਮਐਲਏ ਹਾਂ ਦੇਖ ਲਓ ਤੁਸੀਂ ਦੇਖਿਆ ਹੀ 5 ਸਾਲ ਚ ਬਹੁਤ ਮੇਰੇ ਹਲਕੇ ਦੇ ਲੋਕਾਂ ਨਾਲ ਤਾਂ ਬਿਜ ਰਹੇ ਆ ਪਤਾ ਹੀ ਹੈ ਉਜੀ ਗੱਲ ਮੈਂ ਅਖੀਸ ਵਿੱਚ ਮੈਂ ਹਰ ਇੱਕ ਦੀ ਗੱਲ ਸੁਣੂਗਾ ਅੱਜ ਤੱਕ ਮੇਰੇ ਹਲਕੇ ਦਾ ਇੱਕ ਬੰਦਾ ਮਾਂ ਖੜੀ ਕਰਕੇ ਕਹਿੰਦੇ ਵੀ ਮੈਂ ਫੋਨ ਕੀਤਾ ਸੀ ਐਮ ਐਲ ਏ ਨੂੰ ਤੇ ਐਮ ਐਲ ਏ ਨੇ ਫੋਨ ਨਹੀਂ ਚੱਕਿਆ ਮੈਂ ਆਪਦੇ ਕੋਲੇ ਆਪ ਦਾ ਫੋਨ ਰੱਖਦਾ ਹਮ ਦਾ ਸਭ ਕੋਲੇ ਮੇਰਾ ਨੰਬਰ ਹੈ ਮੈਂ ਕਹਿੰਦੇ ਐ ਨਹੀਂ ਕਿਹਾ ਮੇਰਾ ਪੀਏ ਗੱਲ ਸੁਣੂਗਾ ਜਾਂ ਪੀਏ ਚੱਕੂਗਾ ਤੇ ਜੇ ਮੈਂ ਮਿਸ ਕਾਲ ਵੀ ਆ ਜਾਏ ਮੈਂ ਰੋਟੀ ਖਾਂਦਾ ਹੋਵਾਂ ਕੋਈ ਹੋਰ ਕੰਮ ਕਰਦਾ ਹੋਵਾਂ ਮੈਂ ਦੁਬਾਰੇ ਕਾਲ ਕਰਦਾ ਵੀ ਮੇਰਾ ਬੰਦਾ ਹੈ ਪਤਾ ਨਹੀਂ ਕੌਣ ਹੈ ਕੌਣ ਨਾ ਮੇਰੇ ਕੋਲੇ ਉਹ ਨੰ ਤੇ ਮੈਂ ਦਵਾਰੇ ਕਰਦਾ ਵੀ ਖਬਰ ਹੈ ਕਿੰਨੀ ਕੁ ਮੁਸੀਬਤ ਹੈ ਆਪਾਂ ਇਹਦੀ ਮਦਦ ਵਾਸਤੇ ਜਿੰਨਾ ਕਰ ਸਕਦੇ ਆ ਕਰੀਗੇ ਦੂਜੀ ਗੱਲ ਮੈਂ ਕਹੀ ਸੀ ਵੀ ਮੈਂ ਮਤਲਬ ਪ੍ਰਭੂ ਕਿਸੇ ਤੇ ਜਾਤ ਨਹੀਂ ਕਰਦਾ ਅੱਜ ਤੱਕ 5 ਸਾਲਾਂ ਦੇ ਵਿੱਚ ਮੈਂ ਇੱਕ ਪਰਚਾ ਦਰਜ ਨਹੀਂ ਕਰਾਇਆ ਮਤਲਬ ਕਰੋਨਾ ਦਾ ਕੀ ਸੀ ਹੋਣ ਵੀ ਨਹੀਂ ਦਿੱਤਾ ਜਿੱਥੇ ਜਿੱਥੇ ਤੱਕ ਮੇਰੀ ਬਾਹ ਚੱਲੀ 8-10 ਮੇਜਰ ਰਾਜੀਵੰਦੇ ਕਰਾਏ ਆ ਹਲਕੇ ਦੇ ਵਿੱਚ ਤੇ ਤੀਜੀ ਗੱਲ ਮੈਂ ਕਹੀ ਸੀ ਵੀ ਮੈਂ ਕਿਸੇ ਨੂੰ ਬਗਾਨਾ ਨਹੀਂ ਸਮਝਦਾ ਅੱਜ ਤੱਕ ਹਲਕੇ ਦਾ ਇੱਕ ਬੰਦਾ ਆਖੇ ਵੀ ਮੈਂ ਇੱਕ ਐਮਐਲਏ ਸਾਹਿਬ ਦੇ ਕੋਲੇ ਕੰਮ ਕਰਾਉਣ ਗਿਆ ਸੀ ਤੇ ਉਹਨੇ ਆਖਿਆ ਸੀ ਤੂੰ ਕਿਹੜੀ ਪਾਰਟੀ ਨੇ ਕਾਲੀਆਂ ਜਾਂ ਕਾਂਗਰਸੀ ਮੈਂ ਕਦੇ ਪੁੱਛਿਆ ਹੀ ਨਹੀਂ ਸਭ ਦੇ ਕੰਮ ਜਿਹੜੇ ਆ ਕੇ ਆ ਕੇ ਸਾਰੇ ਨੇ ਮੈਨੂੰ ਵੋਟਾਂ ਪਾਈਆਂ ਸਾਰਿਆਂ ਨੇ ਐਮਐਲਏ ਮੈਂ ਪੂਰੇ ਹਲਕੇ ਦੇ ਲੋਕਾਂ ਦਾ ਐਮਐਲਏ ਆ ਵਿਸ਼ੇ ਕੋ ਕਾਂਗਰਸੀ ਹੁਣ ਕਾਲੀ ਹੁਣ ਵੋਟਾਂ ਪਾਉਣਾ ਹਰ ਇੱਕ ਦਾ ਹੱਕ ਹੈ ਅਗਲੇ ਦੀ ਹਰ ਇੱਕ ਦੀ ਮਰਜ਼ੀ ਹੈ ਕੋਈ ਕਾਂਗਰਸ ਨੂੰ ਪਾਵੇ ਕੋਈ ਕਾਲੀਆਂ ਨੂੰ ਪਾਵੇ ਕੋਈ ਆਪ ਪਾਰਟੀ ਨੂੰ ਪਾਵੇ ਕੋਈ ਕਿਸੇ ਨੂੰ ਹੋਰ ਪਾਵੇ ਉਹਦੀ ਮਰਜ਼ੀ ਹੈ ਇਦਾਂ ਨਹੀਂ ਵੀ ਮੈਂ ਐਮਐਲਏ ਬਣ ਕੇ ਉਹਨਾਂ ਦੇ ਹੱਕ ਖੋਹਾਂ ਜਾਂ ਉਹਨਾਂ ਦੇ ਜਿਹੜੇ ਨਿੱਕੇ ਮੋਟੇ ਕੰਮ ਆ ਉਹਨਾਂ ਤੋਂ ਮੁਨਕਰ ਹੋਵਾਂ ਵੈਸੇ ਪਾਰਟੀ ਵਾਲੇ ਕਰਦੇ ਨੇ ਵੀ ਤੂੰ ਜੇ ਅਕਾਲੀਆਂ ਕਿਹੜੀ ਪਾਰਟੀ ਨੇ ਪੁੱਛਦੇ ਨੇ ਤੇ ਅਸੀਂ ਸਾਡੀ ਪਾਰਟੀ ਦੇ ਨਹੀਂ ਫਿਰ ਨਹੀਂ ਕੰਮ ਕਰਦੇ ਮੈਂ ਕਦੇ ਨਹੀਂ ਪੁੱਛਿਆ ਤੀਜੀ ਗੱਲ ਚੌਥੀ ਗੱਲ ਮੈਂ ਇਹ ਆਖਿਆ ਸੀ ਵੀ ਮੈਥੋਂ ਕਿਸੇ ਨੇ ਚਾਹ ਦਾ ਕੱਪ ਨਹੀਂ ਪੀਤਾ ਮੇਰੀ ਨੌਜਵਾਨਾਂ ਨੇ ਮੇਰੇ ਹਲਕੇ ਵਾਲਿਆਂ ਨੇ ਇਨੀ ਮਦਦ ਕੀਤੀ ਆਪੋ ਆਪਣੇ ਤੇਲ ਪਾ ਕੇ ਆਪੋ ਆਪਣੀਆਂ ਕਾਰਾਂ ਮੋਟਰਸਾਈਕਲ ਲੈ ਕੇ ਮੇਰੀ ਮਦਦ ਕੀਤੀ ਹੈ ਤੇ ਮੈਂ ਕਿਸੇ ਤੋਂ ਚਾਹ ਦਾ ਕੱਪ ਤੱਕ ਨਹੀਂ ਪੀਤਾ ਅਜੇ ਤੱਕ ਇਮਾਨਦਾਰੀ ਦੀ ਮੇਰੀ ਜਿਹੜੀ ਮਿਸਾਲ ਹੈ ਉਹ ਮਤਲਬ ਪੂਰੇ ਹਲਕੇ 'ਚ ਕਾਇਮ ਹੈ ਅਗਲੀ ਗੱਲ ਮਤਲਬ ਮੈਂ ਮਤਲਬ ਕੋਈ ਗੁੰਡਾਗਰਦੀ ਉਹ ਤਾਂ ਮੈਂ ਕਹਿ ਦਿੱਤਾ ਵੀ ਹੰਕਾਰ ਹੀ ਨਹੀਂ ਸੀ ਮੇਰੇ 'ਚ ਦੂਜੀ ਗੱਲ ਮੈਂ ਕਦੇ ਵੀ ਕਿਸੇ ਤੋਂ ਕੋਈ ਇੱਕ ਨਵੇਂ ਪੈਸੇ ਦਾ ਰਵਾਦਾਰ ਨਹੀਂ ਬੜੀ ਇਮਾਨਦਾਰੀ ਨਾਲ ਸਿਸਟਮ ਚਲਾਇਆ ਹੈ ਜਿਹੜੀਆਂ ਗੱਲਾਂ ਲੈ ਕੇ ਕਾਂਗਰਸ ਦੇ ਵਿੱਚ ਆਈ ਸੀ ਤੁਸੀਂ ਅੱਜ ਵੀ ਉਹ ਗੱਲਾਂ ਤੇ ਪੂਰੀ ਉਤਰਦੇ ਹੋ ਤੁਹਾਨੂੰ ਕਿਹਾ ਜਾਂਦਾ ਸੀ ਤੁਹਾਡੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਕਹਿੰਦੇ ਕਿ ਤੁਹਾਡੇ ਵਿਰੋਧੀ ਕਹਿੰਦੇ ਇੱਕ ਕੰਮ ਵੀ ਨਹੀਂ ਹੋਇਆ ਜਗਦੇਸ਼ ਸਿੰਘ ਮਾਲੂਦੇ ਆਪਦੇ ਨਿੱਜੀ ਪੱਖਾਂ ਦੇ ਲਈ ਕਹਿੰਦੇ ਇਹ ਕਾਂਗਰਸ ਦੇ ਵਿੱਚ ਆਏ ਨਹੀਂ ਸੀ ਨਹੀਂ ਕੰਮ ਕਿਉਂ ਨਹੀਂ ਹੋਇਆ ਕੰਮ ਜਿੰਨੇ ਸੀ ਪਹਿਲੀ ਗੱਲ ਤਾਂ ਮੈਂ ਮੌੜ ਹਲਕੇ ਦੇ ਵਿੱਚ ਮੌੜ ਮੰਡੀ ਦੇ ਵਿੱਚ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਆਉਣ ਵੇਲੇ ਵੀ ਜਿਹੜੇ ਬੰਬ ਬਲਾਸਟ ਵਾਲੇ ਉਹਨਾਂ ਨੂੰ ਨੌਕਰੀਆਂ ਦਿਓ ਉਹ ਕੈਬਨਿਟ ਚ ਪਾਸ ਕਰਾ ਕੇ ਉਹਨਾਂ ਨੂੰ ਨੌਕਰੀਆਂ ਦਵਾਈਆਂ ਇੱਕ ਬੰਦੇ ਨੂੰ ਪੈਨਸ਼ਨ ਦਵਾਈ ਜਿਹੜਾ ਪੀੜਤ ਸੀ ਉਸ ਤੋਂ ਬਾਅਦ ਸਾਡੇ ਮੋੜ ਮੰਡੀ ਚ ਫੇਰ ਫਾਇਰ ਬਗਰੇਡ ਦੀ ਮਸ਼ੀਨ ਹੈ ਨਹੀਂ ਸੀ ਫਾਇਰ ਬਗਰੇਡ ਦੀ ਸਹੂਲਤ ਹੈ ਨਹੀਂ ਸੀ ਮੈਂ ਫਾਇਰ ਬਗਰੇਡ ਦੀ ਮਸ਼ੀਨ ਲੈ ਕੇ ਆਂਦੀ ਗੱਡੀ ਲੈ ਕੇ ਆਂਦੀ ਫਾਇਰ ਬਗਰੇਡ ਦੀ ਤੇ ਉਸ ਤੋਂ ਬਾਅਦ ਸਾਡਾ ਹਸਪਤਾਲ ਮਤਲਬ ਤਕਰੀਬਨ 8-9 ਸਾਲ ਤੋਂ ਉਦੋਂ ਛੋਟਾ ਜਰਜੇ ਦਾ ਹੋ ਗਿਆ ਸੀ ਸਾਡੀ ਤੇ ਆ ਮੈਂ ਸਬ ਡਿਵੀਜ਼ਨ 15 ਦਾ ਹਸਪਤਾਲ ਕਰਾਇਆ ਤੇ ਉਹ ਹੋ ਗਿਆ ਪਾਸ ਇਸ ਤੋਂ ਬਾਅਦ ਸਾਡੇ ਸੀਵਰੇਜ ਦੀ ਸਮੱਸਿਆ ਸੀ 45 ਲੱਖ ਰੁਪਏ ਮੈਂ ਸੀਵਰੇਜ ਦੇ ਮਤਲਬ ਠੀਕ ਕਰਨ ਵਾਸਤੇ ਉਹਦੀ ਮਤਲਬ ਵੇਅਰ ਕਰਨ ਵਾਸਤੇ ਉਹਨੂੰ ਸਪਸਾਈ ਕਰਨ ਵਾਸਤੇ ਪਵਾਇਆ ਤੇ ਉਸ ਤੋਂ ਬਾਅਦ ਹਲਕੇ ਦੇ ਸੋ ਪੰਜੇ ਸਕੂਲ ਹੈ ਮਤਲਬ ਪਲੱਸ 2 ਦੇ ਤੇ ਮਿਡਲ ਇੱਕ ਸਕੂਲ ਸਾਡੇ ਰਹਿ ਗਿਆ ਸੀ ਮੋੜ ਮੰਡੀ ਦਾ ਐਸਡੀ ਸਕੂਲ ਹੈ ਮੋੜ ਮੰਡੀ ਚ ਕੋਈ ਸਕੂਲ ਨਹੀਂ ਹੈ ਮਤਲਬ ਪਲੱਸ 2 ਦਾ ਉਹ ਮੈਂ ਮਗਰੋਂ ਜਾ ਕੇ ਕਰਾ ਕੇ ਲਿਆਂਦਾ ਬਿਲਕੁਲ ਹਾਂ ਮੈਂ ਇਹ ਦੱਸੂ ਸੁਪਾਲ ਸਿੰਘ ਕਰਨਾ ਥੋੜੀ ਗੱਲਬਾਤ ਹੋ ਜਾਂਦੀ ਹੈ ਤੁਸੀਂ ਹੁਣ ਮਿਲਿਓ ਜੇਲ੍ਹ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਕਰਕੇ ਆਉਂਦੇ ਹੋ ਹਾਂ ਮੈਂ ਇੱਕ ਵਾਰੀ ਮੁਲਾਕਾਤ ਕਰਕੇ ਆਇਆ ਸੀ ਉਹਨਾਂ ਦੀ ਪਿਛਲੇ ਹਫਤੇ ਮੇਰਾ ਖਿਆਲ ਹੈ ਹੋ ਗਿਆ ਹੋਣਾ 10 12 ਦਿਨ ਕਿ ਕਿਸ ਤਰ੍ਹਾਂ ਉਹਨੇ ਗੱਲ ਕੀਤੀ ਕਿਹੜੇ ਮਾਹੌਲ ਦੇ ਵਿੱਚ ਸੀ ਉਹ ਬਧੀਆ ਖੁਸ਼ਮ ਹਾਲ ਸੀ ਉਹ ਕਹਿੰਦਾ ਵੀ ਆਪਾਂ ਸੱਚੇ ਆ ਸੱਚਿਆਂ ਦੀ ਗੱਲ ਸੱਚੀ ਹੁੰਦੀ ਹੈ ਸੱਚੇ ਲੋਕਾਂ ਨੂੰ ਔਕਣਾ ਤਾਂ ਪੈਂਦੀਆਂ ਹੀ ਐ ਤੇ ਸੱਚ ਦਾ ਮਤਲਬ ਬਹੁਤ ਬਹੁਤੇ ਲੋਕ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਪੱਲੇ ਸੱਚ ਸੀ ਇਸ ਲਈ ਭੀੜ ਇਕੱਠੀ ਨਹੀਂ ਹੁੰਦੀ ਸੱਚ ਵਾਲਿਆਂ ਕੋਲੇ ਜਿਹੜੇ ਲੋਕ ਸੱਚ ਕਹਿੰਦੇ ਉਹਨਾਂ ਕੋਲੇ ਬਹੁਤੇ ਲੋਕ ਨਹੀਂ ਆਉਂਦੇ ਬਹੁਤੇ ਲੋਕ ਮਤਲਬ ਸੱਚ ਨੂੰ ਜਰ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਸੱਚ ਦੀ ਆਵਾਜ਼ ਠਾਈ ਸੀ ਬੇਸ਼ੱਕ ਉਹ ਜੋ ਆਪਾਂ ਹੋਵੇ ਬੇਸ਼ੱਕ ਹੋਰ ਮਤਲਬ ਵੱਖ-ਵੱਖ ਤਰ੍ਹਾਂ ਦੇ ਤੇ ਉਹ ਸੱਚ ਦੇ ਲੋਕਾਂ ਨੂੰ ਨਹੀਂ ਪਉਂਦਾ ਸੱਚ ਇਸ ਕਰਕੇ ਉਹਨਾਂ ਨੇ ਲੜਾਈ ਲੜੀ ਸੀ ਤੇ ਲੜਾਈ 'ਚ ਉਹਨਾਂ ਨੇ ਮਤਲਬ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਮਤਲਬ ਕਾਫੀ ਅੜੇ ਹੱਥੀ ਲਿਆ ਜੀ ਸ਼ਹਿਰ ਦੇ ਕੀ ਹਾਲ ਹੈ ਠੀਕ ਲੱਗਦੇ ਤੰਦਰੁਸਤ ਨੇ ਕਿ ਉਹ ਠੀਕ ਠਾਕ ਵਧੀਆ ਸੇ ਤੇ ਫਰਸਟ ਕਲਾਸ ਉਹਨਾਂ ਨੂੰ ਕਿ ਮੇ ਟਿਕਟ ਮਿਲ ਗਈ ਜਿਵੇਂ ਤੁਹਾਡੀ ਟਿਕਟ ਕੱਟ ਦਿੱਤੀ ਗਈ ਹੈ ਸੁਖਪਾਲ ਸਿੰਘ ਕਰਾਂ ਟਿਕਟ ਦੇ ਦਿੱਤੀ ਗਈ ਹੈ ਉਹਨਾਂ ਬਾਰੇ ਕਿਸ ਤਰ੍ਹਾਂ ਵੇਖਦੇ ਸਾਡੀ ਟਿਕਟ ਕੱਟੀ ਤਾਂ ਨਹੀਂ ਸਾਡੀ ਟਿਕਟ ਤਾਂ ਉਹ ਇਹ ਕਹਿੰਦੇ ਨੇ ਮੈਂ ਸਨ 18 ਦਿਨਾਂ ਵੀ ਸਾਨੂੰ ਤਾਂ ਉਹ ਕਹਿੰਦੇ ਨੂੰ ਵੀ ਅਸੀਂ ਇੱਕ ਹਿੰਦੂ ਨੂੰ ਦੇਣੀ ਸੀ ਹਿੰਦੂ ਨੂੰ ਟਿਕਟ ਮਤਲਬ ਇੱਕ 9 ਲੋਕ ਸਭਾ ਹਲਕੇ ਦੀਆਂ 9 ਸੀਟਾਂ ਦੇ ਵਿੱਚੋਂ ਇੱਕ ਦੇਣੀ ਸੀ ਅਸੀਂ ਅਸੀਂ ਮਾਨਸਾ ਦੇਣੀ ਸੀ ਉਹਨੂੰ ਮਾਨਸਾ ਸਿੱਧੂ ਮੂਸੇ ਵਾਲਾ ਲੈ ਜਾਂਦਾ ਇਸ ਕਰਕੇ ਉਹਨੂੰ ਕੋਈ ਹੋਰ ਦੇਣੀ ਪਈ ਬਠਿੰਡੇ ਮਨਪ੍ਰੀਤ ਬਾਦਲਾ ਬਠਿੰਡਾ ਤੇ ਮਤਲਬ ਮਾਨਸਾ ਹੀ ਹਿੰਦੂ ਵੋਟ ਜ਼ਿਆਦਾ ਹੈ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਜਿੱਥੇ ਹਿੰਦੂ ਵੋਟ ਹੈ ਉੱਥੇ ਦੇ ਦਿਓ ਮਾਨਸਾ ਜੇ ਹੱਕ ਬਣਦਾ ਉਹਨਾਂ ਦਾ ਦਿਓ ਜ਼ਰੂਰ ਹਿੰਦੂ ਕਿਉਂਕਿ 63% ਹਿੰਦੂ ਜਿਹੜੀ ਵੋਟ ਹੈ ਉਹ ਮਾਨਸਾ ਚ ਹੈ ਤੇ ਤਕਰੀਬਨ 90% ਦੇ ਕਰੀਬ ਬਠਿੰਡੇ ਚ ਹੈ ਤੇ ਬਠਿੰਡੇ ਚ ਹਿੰਦੂ ਵੋਟ ਹੈ ਹਿੰਦੂ ਭਰਾ ਜਿਆਦੇ ਰਹਿੰਦੇ ਨੇ ਉਹ ਜਿਆਦੇ ਹਿੰਦੂ ਨੂੰ ਪਸੰਦ ਕਰਦੇ ਨੇ ਇਸ ਲਈ ਉਹਨਾਂ ਨੂੰ ਆਖਿਆ ਸੀ ਮਾਨਸਾ ਚ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਤਿੰਨ ਸਾਰੇ ਹਿੰਦੂ ਚਿਹਰੇ ਦਿੱਤੇ ਨੇ ਇਸ ਕਰਕੇ ਮਤਲਬ ਹਿੰਦੂ ਮਾਨਸਾ ਦੇਣ ਦੀ ਹੱਕ ਸੀ ਮੌੜ ਮਤਲਬ ਜਿਹੜੀ ਹੈ ਸਾਰਾ ਮਤਲਬ ਇਹ ਦਿਹਾਤੀ ਏਰੀਆ ਸਿੱਖ ਬੈਲਟ ਹੈ ਤੇ ਕਿਸਾਨੀ ਬੈਲਟ ਹੈ ਸਾਰੀ ਮਤਲਬ ਕੋਈ ਹੋਰੇ ਬੰਦੇ ਨੂੰ ਦੇਣੀ ਚਾਹੀਦੀ ਸੀ ਦੂਜਾ ਹਟਾ ਰੋਸ ਇਹ ਹੈ ਵੀ ਮਤਲਬ ਜਿਹੜਾ ਹੈ ਹਲਕੇ ਦੇ ਬੰਦੇ ਨੂੰ ਦੇਣੀ ਚਾਹੀਦੀ ਸੀ ਪਰ ਪਿਛਲੀ ਵਾਰੀ ਜਿਆਦਾ ਵੋਟ ਪੈਣ ਦਾ ਵੱਡਾ ਕਾਰਨ ਇਹ ਹੀ ਹੈ ਕਿ ਲੋਕ ਜਿਹੜੇ ਮੈਥੋਂ ਮਤਲਬ ਸਾਰੇ ਹਲਕੇ ਵਾਲੇ ਕੰਮ ਤੇ ਆਉਂਦੇ ਨੇ ਉਹਨਾਂ ਨੂੰ ਸਾਡੇ 15-20 ਮਿੰਟਾਂ 'ਚ ਮੇਰੇ ਘਰੇ ਸਾਰੇ ਲੋਕਾਂ ਨੂੰ ਬੜੀ ਆਰਾਮਦਾਰੀ ਹੈ ਪਿੰਡ ਚ ਆ ਕੇ ਮੁਰਜ ਜਾਂਦੇ ਨੇ ਮੇਰੇ ਪਿੰਡ ਵਾਲੇ ਮੇਰੇ ਮੇਰੇ ਨੇੜੇ ਪਿੰਡ ਸੰਦੋਹਾ ਕੋਟਲੀ ਖੁਰਦ ਕੁੱਬੇ ਰਾਜਗੜ੍ਹ ਹੋਰ ਜਿਹੜੇ ਹੈ ਸਾਰੇ 5-5 4-4 ਕਿਲੋਮੀਟਰ ਦੇ ਸਾਰੇ ਪਿੰਡ ਨੇ ਮੇਥੋਂ ਤੇ ਭਗਵਾਨ ਮਨ ਕਹਿੰਦੇ ਸੀ ਸਾਡੇ ਤੇ ਇਲਜ਼ਾਮ ਲੱਗਦੇ ਰਹੇ ਵੀ ਵੀ ਸਾਨੂੰ ਜਿਹੜੇ ਹੈਗੇ ਨੇ ਵੀ ਅਰਵਿੰਦ ਕੇਜਰੀਵਾਲ ਮਿਲਦੇ ਨਹੀਂ ਸੀ ਕਹਿੰਦੇ ਤੇ ਹੁਣ ਕਹਿੰਦੇ ਜਿਹੜੀ ਪਾਰਟੀ ਦੇ ਵਿੱਚ ਸਾਡੇ ਜਿਹੜੇ ਉਦੋਂ ਬਾਗੀ ਐਮਐਲਏ ਕਾਂਗਰਸ ਦੇ ਵਿੱਚ ਬਾਗੀ ਸੀ ਹੁਣ ਕਹਿੰਦੇ ਉਹਨਾਂ ਨੂੰ ਕਿਹੜਾ ਜਿਹੜੇ ਹੈਗੇ ਨੇ ਰਾਹੁਲ ਗਾਂਧੀ ਜਾਂ ਸੋਨਿਆ ਗਾਂਧੀ ਮਿਲਦੇ ਸੀ ਨਹੀਂ ਮਿਲਦੀ ਨਾ ਉਹ ਜਦੋਂ ਕੋਈ ਟਾਈਮ ਮਿਲਦਾ ਮਿਲਦੇ ਨਾ ਮਤਲਬ ਅਰਵਿੰਦ ਕੇਜਰੀਵਾਲ ਤਾਂ ਮਤਲਬ ਜਦੋਂ ਅਸੀਂ ਸਾਨੂੰ ਬੁਲਾਇਆ ਇਥੋਂ ਐਲਓਪੀ ਬਦਲਣ ਦੇ ਪਿੱਛੇ ਮਨੀਸ਼ ਸ਼ੋਧੀਆਂ ਨੇ ਆਪਦੇ ਘਰੇ ਬੁਲਾਇਆ ਸੀ ਸਾਨੂੰ 20 ਦੇ 20 ਐਮਐਲ ਨੂੰ ਉਦੋਂ ਵੀ ਸਾਨੂੰ ਆਖਿਆ ਸੀ ਕੇਜਰੀਵਾਲ ਸਾਹਿਬ ਨੇ ਤੁਹਾਨੂੰ ਬੁਲਾਇਆ ਤੁਸੀਂ ਆਓ ਇੱਥੇ ਜਦੋਂ ਅਸੀਂ ਉੱਥੇ ਗਏ ਦਿੱਲੀ ਉਹ ਆਈ ਨਹੀਂ ਸਾਡੇ ਕੋਲੇ ਮਨੀਸ਼ ਸ਼ੋਧੀਆਂ ਕੀ ਲੱਗਦਾ ਹੋਵੇ ਐਮਐਲਏ ਨੂੰ ਮਿਲ ਸਕਦੇ ਉਹ ਜਦੋਂ ਸਾਰੇ ਮਤਲਬ ਸਾਰੇ ਲੋਕਾਂ ਨੂੰ ਨਹੀਂ ਮਿਲ ਆਮ ਲੋਕਾਂ ਨੂੰ ਕੀ ਮਿਲ ਸਕਣਗੇ ਮਤਲਬ 20 ਐਮਐਲਏ ਸੀ ਉਹਨਾਂ ਕੋਲੇ ਚੱਲ ਕੇ ਗਏ ਦਿੱਲੀ ਤੇ ਫੂਲਕਾ ਜੀ ਆਏ ਮਤਲਬ ਫੂਲਕਾ ਜੀ ਨੇ ਮਤਲਬ ਉਹ ਵੀ ਕੀਤਾ ਵੀ ਸਾਨੂੰ ਬੁਲਾਇਆ ਕਾਦੇ ਵਾਸਤੇ ਸੀ ਜਦੋਂ ਕੇਜਰੀਵਾਲ ਨੇ ਮਿਲਣੇ ਨਹੀਂ ਸੀ ਉਹ ਆਸੇ-ਪਾਸੇ ਹੋ ਗਏ ਜਾਂ ਉਹ ਕਿਸੇ ਕੰਮ ਤੋਂ ਦੇ ਜਵਾਗੇ ਤੇ ਸਾਨੂੰ ਅਸੀਂ ਮਨੀਸ਼ੋ ਦੀ ਇਹਨੂੰ ਮਿਲ ਕੇ ਆ ਗਏ ਪਾਲ ਸਿੰਘ ਖੇਰਾ ਜੇਲ੍ਹ ਦੇ ਵਿੱਚੋਂ ਹੀ ਹੁਣ ਚੋਣਾਂ ਲੜਨਗੇ ਕਿ ਜਵਾਨਤ ਹੋ ਸਕਦੀ ਉਹਨਾਂ ਦੀ ਜਵਾਨਤ ਹੋ ਸਕਦੀ ਮੇਰੇ ਖਿਆਲ ਅੱਜ ਹੋ ਗਈ ਹੋਵੇ ਮੈ 18 ਤਰੀਕ ਉਹਨਾਂ ਨੂੰ ਮਿਲੀ ਸੀ ਕੋਰਟ ਵੱਲੋਂ ਅੱਜ ਉਮੀਦ ਸੀ ਵੀ ਅੱਜ ਹੋਜੂ ਨਹੀਂ ਗੱਲ ਕੋਲ ਨੂੰ ਹੋਜੂਗੀ ਮੇਰੇ ਖਿਆਲ ਹੈ ਛੇਤੀ ਹੋਜੂ ਜਵਾਨ ਤਾਂ ਮੈਨੂੰ ਤਾਂ ਉਮੀਦ ਇਹੀ ਜੀ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਸਾਨੂੰ ਸਮਾਂ ਦੇਣ ਲਈ ਥੈਂਕ ਯੂ ਵੀਰੇ ਸਾਰਿਆਂ ਦਾ ਬਹੁਤ ਵਧੀਆ ਤੁਸੀਂ ਇਹ ਲੋਕਾਂ ਤਾਈਂ ਗੱਲ ਪਹੁੰਚਾਉਨੇ ਹੋ ਧੰਨਵਾਦ ਤੁਹਾਡਾ ਵੀ ਬਹੁਤ ਵਧੀਆ ਗੱਲ ਹੈ ਜਿਹੜੇ ਲੋਕਾਂ ਦੇ ਬਲਬਲੇ ਨੇ ਉਹ ਲੋਕਾਂ ਤਾਈਂ ਜਾਣ ਦੱਸਣ ਵੀ ਆਹ ਉਹ ਹੈ ਤੇ ਮੈਂ ਤਾਂ ਅਖੀਰ ਦੇ ਵਿੱਚ ਇਹੀ ਬੇਨਤੀ ਕਰਦਾ ਸਾਰੀ ਹਾਈ ਕਮਾਂਡ ਨੂੰ ਸਾਰੇ ਭਰਾਵਾਂ ਨੂੰ ਕਿ ਸਾਡਾ ਜਿਹੜਾ ਹਲਕਾ ਹੈ ਉਹ ਤਰੱਕੀਆਂ ਸ਼ੋਹੇ ਕੋਈ ਜ਼ਰੂਰੀ ਨਹੀਂ ਵੀ ਮੈਂ ਐਮਐਲਏ ਬਣ ਕੇ ਹੀ ਸੇਵਾ ਕਰਾਂ ਮੈਂ ਸੇਵਾ ਕਰਦਾ ਰਹੂੰਗਾ ਹਲਕੇ ਦੀ ਤੇ મતਲਬ ਕਾਂਗਰਸ ਪਾਰਟੀ ਫਿਰ ਨਹੀਂ ਛੱਡੋਗੇ ਕਾਂਗਰਸ ਪਾਰਟੀ 'ਚ ਰਹੋਗੇ ਜਾਂ ਕਿਤੇ ਹੋਰ ਕੋਈ ਪਲਾਨ ਹੈਗੀ ਅੱਗੇ ਮੈਂ ਕਾਂਗਰਸ ਪਾਰਟੀ 'ਚ ਹੀ ਰਹੂੰਗਾ ਕਿਸੇ ਪਾਸੇ ਹੋਰ ਨਹੀਂ ਜਾਊਂਗਾ ਤੇ ਕਿਉਂਕਿ ਜਿੱਥੇ ਮਤਲਬ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਹਨ ਨਵਜੋਤ ਸਿੱਧੂ ਜੀ ਉਹ ਮਤਲਬ ਹੱਕ ਸੱਚ ਦੀ ਲੜਾਈ ਲਗਦੇ ਮੈਨੂੰ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੈ ਕਾਫੀ ਪਸੰਦ ਹਨ ਤੇ ਬਹੁਤੇ ਲੋਕਾਂ ਨੂੰ ਵੀ ਪਸੰਦ ਨਾ ਜਦੋਂ ਤੁਹਾਡੀ ਨਵਜੋਸ ਸਿੱਧੂ ਨਾਲ ਤੁਹਾਡੀ ਗੱਲਬਾਤ ਹੋ ਗਈ ਤੁਹਾਨੂੰ ਦੱਸਦਾ ਉਹਨਾਂ ਨੇ ਕੋਈ ਮਿਲੇ ਵੀ ਜੇ ਤਾਂ ਫਿਰ ਕਿਉਂ ਤੁਹਾਨੂੰ ਟਿਕਟ ਨਹੀਂ ਦਿੱਤੀ ਤੇ ਚਲ ਤੁਹਾਡਾ ਜਿਹੜਾ ਬਣਦਾ ਮਾਨ ਸਨਮਾਨ ਪਾਰਟੀ ਵਿੱਚ ਦਿੱਤਾ ਜਾਵੇਗਾ ਹਾਂ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਨਵਜੋਸ ਸਿੱਧੂ ਜੀ ਨੇ ਵੀ ਤੁਹਾਨੂੰ ਪੂਰਾ ਮਾਨ ਸਨਮਾਨ ਦੇਵਾਂਗੇ ਤੇ ਟਿਕਟ ਵੀ ਉਹ ਕਹਿੰਦੀ ਸੀ ਵੀ ਮੈਂ ਕੋਸ਼ਿਸ਼ ਪਿਛਲੇ ਦਿਨੀ ਵੀ ਕਹਿੰਦੇ ਰਹੇ ਹੁਣ ਵੀ ਕਹਿੰਦੇ ਸੀ ਗੱਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਆਖਿਆ ਵੀ ਮੈਂ ਕੋਸ਼ਿਸ਼ ਕਰਦਾ ਟਿਕਟ ਵੀ ਸੋਛਿਆ ਤੁਹਾਨੂੰ ਅਸੀਂ ਕਿਤੇ ਹੋਰ ਅਡਜਸਟ ਕਰੀ ਜੇ ਕਿਤੇ ਨਹੀਂ ਮਿਲਦੀ ਤੁਸੀਂ ਜਿਹੜੇ ਇੱਥੇ ਦੇ ਉਮੀਦਵਾਰ ਉਹਦੇ ਨਾਲ ਚੱਲੋਗੇ ਫਿਰ ਨਹੀਂ ਮੈਂ ਪਾਰਟੀ ਦੇ ਨਾਲ ਆ ਯਾਰ ਉਹ ਉਮੀਦਵਾਰ ਦੇ ਨਾਲ ਵੀ ਚੱਲੂਗਾ ਜੇ ਪਾਰਟੀ ਦੇ ਨਾਲ ਆ ਪਾਰਟੀ ਕਾਂਗਰਸ ਪਾਰਟੀ ਨਾਲ ਆ ਮੈਂ ਕਾਂਗਰਸ ਪਾਰਟੀ ਨਾਲ ਹੀ ਰਹੂਗਾ ਇਸ ਲਈ ਮਤਲਬ ਅੱਜ ਮਤਲਬ ਮੈਂ ਪਾਰਟੀ ਥੋੜਾ ਛੱਡਦਾ ਤੇ ਜਿਆ 파ਰਟੀ ਦੇ ਪਾਸੇ ਥੋੜਾ ਜਨਾ ਮੈਂ ਨਵਜੋਤ ਸਿੱਧੂ ਨਾਲਾਂ ਮੈਂ ਮਤਲਬ ਸਾਰੀ ਪਾਰਟੀ ਨਾਲਾਂ ਮੈਨੂੰ ਨਵਜੋਤ ਸਿੱਧੂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਉਹ ਮੈਨੂੰ ਲੱਗਦਾ ਵੀ ਹੱਕ ਸੱਚ ਦੀ ਲੜਾਈ ਲੜਦਾ ਹੋਇਆ ਉਹ ਜਿਵੇਂ ਉਹ ਕਹਿੰਦਾ ਵੀ ਅਸੀਂ ਮੈਨੂੰ ਤੋਂ ਇੰਨੇ ਪੈਸੇ ਕਰਕੇ ਆਪ ਕਰਿ ਸਾਬ ਤੋਂ ਪੈਸੇ ਇਕੱਠੇ ਕਰਕੇ ਪੰਜਾਬ ਨੂੰ ਸੁਧਾਰ ਸਕਦੇ ਆ ਉਹਦੀ ਨੀਤੀ ਹੈ ਤੇ ਉਹ ਨੀਤੀਆਂ ਤੇ ਮਤਲਬ ਜੇ ਅਸੀਂ ਮਤਲਬ ਸਰਕਾਰ ਬਣਦੀ ਹੈ ਉਹ ਨੀਤੀਆਂ ਤੇ ਚੱਲਦੀ ਹੈ ਤਾਂ ਮੈਨੂੰ ਇਹ ਯਕੀਨ ਹੈ ਕਿ ਪੰਜਾਬ ਇੱਕ ਨਾ ਇੱਕ ਦਿਨ ਖੁਸ਼ਹਾਲ ਸੂਬਾ ਬਣ ਸਕਦਾ ਹੈ ਬਹੁਤ ਧੰਨਵਾਦ ਇਹ ਸੀਗੇ ਕਾਂਗਰਸ ਦੇ ਮੈਂ ਹੁਣ ਤਾਂ ਸਾਬਕਾ ਐਮਐਲਏ ਕਹੂੰਗਾ ਕਿਉਂਕਿ ਉਮੀਦਾਂ ਸੀ ਕਿ ਟਿਕਟ ਮਿਲੂ ਪਰ ਇਸ ਸੀਟ ਤੇ ਵੀ ਸੰਸ਼ਪਨਸ਼ ਬਣਾਇਆ ਉਸ ਹੁਣ ਉਮੀਦਵਾਰ ਇੱਥੇ ਡਾਕਟਰ ਮਨੂਜ ਬਾਲਾ ਨੂੰ ਐਲਾਨ ਦਿੱਤਾ ਤੁਸੀਂ ਜੁੜੇ ਰਹੋ ਲੋਕ ਰਾਏ ਟੀਵੀ ਨਾਲ ਅਸੀਂ ਪਲਪਲ ਦੀ ਖਬਰ ਤੁਹਾਡੇ ਤੱਕ ਲੈ ਕੇ ਆਂਦੇ ਰਵਾਂਗੇ ਧੰਨਵਾਦ